ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਵਿਧਾਨ ਸਭਾ ਦਾ ਸੰਖੇਪ ਜਾਂ ਬੌਂਸਰ ਸੈਸ਼ਨ ਸ਼ੁਰੂ ਹੋ ਗਿਆ ਹੈ। ਬੇਸ਼ੱਕ ਪਹਿਲੇ ਦਿਨ ਸਰਦਾਰੀਆਂ ਤੋਂ ਇਲਾਵਾ ਕੋਈ ਹੋਰ ਗੱਲ ਹੋਈ ਨਹੀਂ ਹੈ। ਜੇ ਸੋਮਵਾਰ ਨੂੰ ਵੀ ਬਾਅਦ ਦੁਪਹਿਰ ਜਿਹੜਾ ਹੈਗਾ ਸੈਸ਼ਨ ਜੁੜਿਆ ਤਾਂ ਉਹਦੇ ਜਿੱਥੇ ਵਿਰੋਧੀ ਧਿਰ ਨੇ ਇਹ ਕੋਸ਼ਿਸ਼ ਕੀਤੀ ਹੈ ਕੰਮ ਰੋਤੂ ਮਜ਼ਾ ਰੱਖੰਦੀ ਕਿ ਪੰਜਾਬ ਦੇ ਅੰਦਰ ਜਿਹੜੀ ਕਿਸਾਨੀ ਦੀ ਦੁਰਦਸ਼ਾ ਹੋਈ ਹੈ ਉਹਦੇ ਬਹੁਤ ਸਾਰੇ ਪਹਿਲੂ ਉਹ ਜਿੰਨਾ ਪਹਿਲਿਆਂ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਆ। ਹਕਮਰਾਨ ਤੇ ਦਾ ਕਹਿਣਾ ਹੈ ਕਿ ਉਹ ਇਸ ਤੋਂ ਵੀ ਵੱਧ ਚਿੰਤਤ ਨੇ ਕਿਸਾਨੀ ਦੇ ਮੁੱਦਿਆਂ ਤੇ ਤੇ ਆਪ ਗੱਲ ਹੀ ਕਰਨੀ ਚਾਹੁੰਦੇ ਆ ਸੋ ਦੋਨਾਂ ਹੀ ਧਿਰਾਂ ਵੱਲੋਂ ਇਹਨਾਂ ਮਾਮਲਿਆਂ ਦੇ ਉੱਤੇ ਜਿ ਸਹਿਮਤੀ ਬਣੀ ਹੈ ਤੋ ਇਹ ਹੈ ਕਿ ਇੱਕ ਦਿਨ ਛੁੱਟੀ ਤੋਂ ਬਾਅਦ ਯਾਨੀ ਕਿ 23 ਨੂੰ ਸਦਨ ਦੇ ਅੰਦਰ ਦੋਵੇਂ ਤਰ੍ਹਾਂ ਇਸ ਮੁੱਦੇ ਤੇ ਬਹਿਸ ਕਰਨੀਆਂ ਮਾਮਲੇ ਕਈ ਹੋਰ ਵੀ ਨੇ ਜਿਸ ਤਰ੍ਹਾਂ ਦਿਨਾਂ ਨਗਰ ਤੇ ਅਤਵਾਦੀ ਹਮਲੇ ਦਾ ਮਾਮਲਾ ਹੈ ਇਸ ਤਰ੍ਹਾਂ ਕੇ ਹੋਰ ਇਸ਼ੂ ਨੇ ਇਹਨਾਂ ਸਾਰੇ ਮਾਮਲਿਆਂ ਤੇ ਸਾਡੇ ਨਾਲ ਚਰਚਾ ਅਜ ਪੈਨਲ ਜਿਹੜੇ ਖਾਸ ਮਹਿਮਾਨ ਜੁੜੇ ਨੇ ਸਾਹਬਰਸ ਸਿੰਘ ਬਲਟੋਹਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਸਮੈਨ ਤੇ ਮੁੱਖ ਸੰਸਦ ਮੀ ਸਕੱਤਰ ਸਾਡੇ ਨਾਲ ਦੂਜੇ ਅਸ਼wini ਸੇਖੜੀ ਜੀ ਜਿਹੜੇ ਕਾਂਗਰਸ ਪਾਰਟੀ ਦੇ ਕਦਾਵਰ ਨੇਤਾ ਤੇ ਪੰਜਾਬ ਵਿਧਾਨ ਸਭਾ ਦੇ ਸੀਨੀਅਰ ਐਮ ਐਲ ਏ ਸਾਡੇ ਨਾਲ ਤੀਜੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਇਸ ਪ੍ਰਾਸ਼ ਦੀ ਜਿਹੜੇ ਕਿ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਨੇ ਮੈਂ ਤਿੰਨ ਹੀ ਦੋਸਤਾਨ ਮਹਿਮਾਨਾਂ ਨੂੰ ਜੀ ਆਖਦਾ ਜਦੋਂ ਆਪਾਂ ਗੱਲਬਾਤ ਸ਼ੁਰੂ ਕਰ ਰਹੇ ਹਾਂ ਬਲਟੋਸਾ ਜਿਹੜਾ ਵਿਧਾਨ ਸਭਾ ਦੇ ਅੰਦਰ ਜਦੋਂ ਵਿਰੋਧੀ ਧਿਰ ਨੇ ਵੀ ਇਹ ਮਤਾ ਰੱਖਣ ਦੀ ਕੋਸ਼ਿਸ਼ ਕੀਤੀ ਬਹਿਸ ਦੀ ਗੱਲ ਕੀਤੀ ਸਨੀਲਜਾ ਖੜੋਣਾ ਨੇ ਤਾਂ ਉਸ ਮੌਕੇ ਤੇ ਕੁਝ ਟੁਕੜਾ ਟੱਕੀ ਵੀ ਹੋਈ ਇਦਾਂ ਵੀ ਮਹਿਸੂਸ ਕੀਤਾ ਗਿਆ ਕਿ ਵੀ ਸ਼ਾਇਦ ਜਿਹੜੀ ਹੈਗੀ ਹੈ ਹਾਕਮ ਤੇ ਰਹਿ ਉਹਨਾਂ ਨੂੰ ਇਹ ਮਤਾ ਰੱਖਣ ਦੇਣਾ ਨਹੀਂ ਚਾਹੁੰਦੀ ਕਈ ਮੋਕਿਆਂ ਦੇ ਉੱਤੇ ਜਿੱਦਾਂ ਤੁਸੀਂ ਵੀ ਸਦਨ ਦੇ ਚ ਹਾਜ਼ਰ ਸੀ ਗੁਰ ਆਪਣਾ ਸਪੀਕਰ ਨੂੰ ਵੀ ਇਸ ਮੁੱਦੇ ਤੇ ਥੋੜਾ ਰੋਕਣਾ ਪਿਆ ਕਿ ਨਹੀਂ ਇਸ ਮਾਮਲੇ ਤੇ ਹਟ ਕੇ ਜਿਹੜੀ ਬਹਿਸ ਹੋ ਸਕਦੀ ਹੈ ਅਜੇ ਇਸ ਮੁੱਦੇ ਤੇ ਗੱਲ ਨਹੀਂ ਹੋ ਸਕਦੀ ਇਹ ਨਹੀਂ ਜਿੱਥੋਂ ਤੱਕ ਜਗਤਾਰ ਜੀ ਵਿਰੋਧੀ ਧਿਰ ਨੇ ਕੰਮ ਰੁਕੂ ਮਤਾ ਪੇਸ਼ ਕੀਤਾ ਸੀ ਜੀ ਜੀ ਔਰ ਜਿੱਥੋਂ ਤੱਕ ਕਿਸਾਨੀ ਦਾ ਮੁੱਦਾ ਆ ਕਿਸਾਨੀ ਦੇ ਮੁੱਦੇ ਦੇ ਉੱਤੇ ਜਿਹੜਾ ਕਾਂਗਰਸ ਦਾ ਕਨਸਰਨ ਸੀਗਾ ਜਾਂ ਕਾਂਗਰਸ ਜੋ ਮਸਲਾ ਠਾਉਣਾ ਚਾਹੁੰਦੀ ਸੀ ਜੀ ਜੀ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਇੱਕ ਮੰਤਰੀ ਨੇ ਜਿਹੜਾ ਹੈ ਇਸ ਇਸ ਸੰਬੰਧੀ ਜਿਹੜਾ 18 ਤਰੀਕ ਨੂੰ ਇੱਕ ਰੈਜੂਲੇਸ਼ਨ ਜਿਹੜਾ ਆ ਉਹਦਾ ਪੇਸ਼ ਕਰਤਾ ਸੀ ਸਪੀਕਰ ਸਾਹਿਬ ਨੂੰ ਮੈਂ ਆ ਇਸ ਚੀਜ਼ ਦੇ ਉੱਤੇ ਜਿਹੜੀ ਹੈ ਵਿਧਾਨ ਸਭਾ ਵਿੱਚ ਗੱਲ ਹੋਣੀ ਚਾਹੀਦੀ ਜੀ ਜੀ ਔਰ ਇਹ ਨਹੀਂ ਕਿ 18 ਤਰੀਕ ਨੂੰ ਹੂੰ ਹੂੰ ਪਿਛਲੇ ਦਿਨੀ ਇੱਥੇ ਸ਼੍ਰੀ ਨਰਿੰਦਰ ਮੋਧ ਜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆਏ ਸੀਗੇ ਚੰਡੀਗੜ੍ਹ ਜੀ ਤੇ ਉਹਨਾਂ ਦੇ ਸਾਹਮਣੇ ਸਪਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਹਿਤਾ ਸੀਗਾ ਮੋਦੀ ਸਾਹਿਬ ਅੱਜ ਕਿਸਾਨੀ ਜਿਹੜੇ ਹਾਲਾਤਾਂ ਚੋਂ ਲੰਘ ਰਹੀ ਤੁਸੀਂ ਉੱਥੇ ਹੋਣੇ ਜੀ ਜੀ ਜਿਹੜੇ ਹਾਲਾਤਾਂ ਚੋਂ ਲੰਘ ਰਹੀ ਹੈ ਜੈ ਜਵਾਨ ਦੀ ਗੱਲ ਹੋ ਗਈ ਚਾਹੇ ਅਸੀਂ 50 ਸਾਲਾ ਬਣਾ ਰਹੇ 1965 ਦੀ ਜੰਗ ਦਾ ਤੇ ਹੁਣ ਬਜਾਇ ਕਿਸਾਨ ਤੇ ਜੇ ਉਹਨਾਂ ਨੂੰ ਵਨ ਰੈਂਕ ਵਨ ਪੈਨਸ਼ਨ ਦਿੱਤਾ ਹੈ ਜੀ ਜੀ ਤੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਦਾ ਜੈ ਜਵਾਨ ਤੇ ਹੋ ਗਈ ਜੀ ਪਰ ਕਿਸਾਨ ਦੀ ਜੈ ਵੀ ਹੋਣੀ ਚਾਹੀਦੀ ਹੈ ਜਿਹੜੇ ਕਿਸਾਨੀ ਮੰਦ ਹਾਲੀ ਚੋਂ ਲੰਘ ਰਹੀ ਹੈ ਇਹ ਅਸੀਂ ਖੁਦ ਮਹਿਸੂਸ ਕਰਦੇ ਹਾਂ ਔਰ ਜੇ ਕਿਸਾਨੀ ਦੀ ਬਾਹ ਫੜੀ ਤੇ ਸ਼ਰੋਮਣੀ ਕਾਲੀਦਾਵ ਨੇ ਫੜੀ ਹੈ ਜੇ ਬਿਜਲੀ ਦੇ ਬਿੱਲ ਮਾਫ ਕੀਤੇ ਬੰਬੀਆਂ ਦੇ ਪ੍ਰਕਾਸ਼ ਸਿੰਘ ਬਾਦਲ ਨੇ ਮਾਫ ਕੀਤੇ ਔਰ ਜਿੱਥੋਂ ਤੱਕ ਬਹਿਸ ਦਾ تعلق ਹੈ 23 ਤਰੀਕ ਨੂੰ ਇਹ ਰਜ਼ਾਰਤ ਕਰ ਦਿੱਤੀਗੀ ਸਪੀਕਰ ਸਾਹਿਬ ਵੱਲੋਂ ਕਿ ਬਕਾਇਦਾ ਕਿਸਾਨੀ ਦੇ ਮਸਲੇ ਦੇ ਵਿੱਚ ਜੋ ਵੀ ਵਿਰੋਧੀ ਧਿਰ ਚਾਹੁੰਦੀ ਹੈ 2 ਘੰਟੇ 2 ਘੰਟੇ ਤੋਂ ਬਾਅਦ ਜਿੰਨਾ ਵੀ ਸਮਾਂ ਚਾਹੁੰਦੇ ਉਹਦੇ ਉੱਤੇ ਬਕਾਇਦਾ ਜਿਹੜੀ ਬਹਿਸ ਹੋਊਗੀ ਸਰਕਾਰ ਉਹਦੇ ਜਵਾਬ ਦੇਊਗੀ ਔਰ ਠੋਕੇ ਜਵਾਬ ਦੇ ਮੈਂ ਸਰਕਾਰ ਨੂੰ ਕਿਉਂਕਿ ਅਸੀਂ ਹੈਗਾ ਅਸੀਂ ਅਸੀਂ ਕਿਸਾਨੀ ਦੇ ਬਾਰੇ ਜੋ ਅਸੀਂ ਕਰ ਸਕਦੇ ਸੀ ਅਸੀਂ ਕੀਤਾ ਹੈ ਔਰ ਓਕੇ ਜੀ ਸੈਕਟਰੀ ਸਾਹਿਬ ਕੋ ਉਸ ਮੁੱਦੇ ਤੇ ਜਾਣਨਾ ਚਾਹੁੰਨਾ ਪਰ ਉਸ ਤੋਂ ਪਹਿਲਾਂ ਬਲਟੋਹ ਜੀ ਮੈਂ ਤੁਹਾਡੇ ਨਾਲ ਇਸ ਚਰਚਾ 'ਚ ਇੱਕ ਗੱਲ ਰੱਖਣੀ ਚਾਹੁੰਦਾ ਆ ਆਪਾਂ ਗੱਲ ਕਰਦੇ ਆ ਕਿ ਵੀ ਕਿਸਾਨੀ ਬਾਰੇ ਅਸੀਂ ਬੜੀ ਚਿੰਤਾ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਬਿਲਕੁਲ ਠੀਕ ਕਿਹਾ ਕਿ ਉੱਥੇ ਸਟੇਜ ਦੇ ਉੱਤੇ ਗੱਲ ਗਈ ਵੀ ਆਪਾਂ ਜਾਇਜਵਾਨ ਦੀ ਗੱਲ ਕੀਤੀ ਤੇ ਕਿਸਾਨ ਦੀ ਗੱਲ ਵੀ ਹੋਣੀ ਚਾਹੀਦੀ ਹੈ ਹੁਣ ਜਿਵੇਂ ਕਿ ਕੇਂਦਰ ਦੇ ਵਿੱਚ ਵੀ ਆਪਣੀ ਸਰਕਾਰ ਪੰਜਾਬ ਪਹਿਲੀ ਵਾਰ ਨਹੀਂ ਦੂਜੀ ਵੀ ਪਈ ਆਪਣੀ ਲਾਇਰੇ ਤੇ ਉਸ ਤੋਂ ਬਾਅਦ ਵੀ ਜੇ ਕਿਸਾਨੀ ਦੀ ਮੰਦਹਾਲੀ ਹੈਗੀ ਆ ਤਾਂ ਲੱਗਦਾ ਨਹੀਂ ਕਿ ਕਿਸੇ ਤਰ੍ਹਾਂ ਇਹਦੇ ਚ ਆਪਾਂ ਵੀ ਜ਼ਿੰਮੇਵਾਰ ਆਂ ਇਸ ਗੱਲ ਤੇ ਲਈ ਇੱਥੇ ਕੋਈ ਦਰਾਵਾ ਨਹੀਂ ਗਏ ਜਿਹੜੀਆਂ ਕਿਸਾਨੀ ਪ੍ਰਤੀ ਨੀਤੀਆਂ ਨੇ ਜੀ ਇਹ ਕੋਈ ਸਾਲ ਸਵਾ ਸਾਲ ਦੀ ਨਹੀਂ ਨਿਕੜੀਆਂ ਗਈਆਂ ਜੀ ਜੀ ਇਹ ਬੜੀਆਂ ਪੁਰਾਣੀਆਂ ਨੀਤੀਆਂ ਚੱਲੀਆਂ ਆ ਰਹੀਆਂ ਹੂੰ ਜੋ ਕੁਝ ਵੀ ਆ ਉਹਨਾਂ ਨੀਤੀਆਂ 'ਚ ਤਬਦੀਲੀ ਲਿਆਉਣ ਦੀ ਲੋੜ ਆ ਜੀ ਉਹ ਚੰਗੀਆਂ ਜਿਹੜੇ ਕਿਸਾਨ ਪੱਖੀ ਨੀਤੀਆਂ ਉਹ ਲਿਆਉਣ ਦੀ ਲੋੜ ਹੈ ਕਿਸਾਨ ਨੂੰ ਚੰਗੇ ਭਾਅ ਮਿਲਣੇ ਚਾਹੀਦੇ ਆ ਚੰਗੀ ਮਾਰਕੀਟਿੰਗ ਮਿਲਣੀ ਚਾਹੀਦੀ ਆ ਚੰਗਾ ਉਹਨੂੰ ਇਨਫਰਾਸਟ੍ਰਕਚਰ ਮਿਲਣਾ ਚਾਹੀਦਾ ਹੈ ਜਿੱਦ ਕਿ ਘਾਟ ਜਿਹਦਾ ਸਾਰਾ ਪ੍ਰਬੰਧ ਜਿਹੜਾ ਕੇਂਦਰ ਸਰਕਾਰ ਨੇ ਕਰਨਾ ਔਰ ਕੇਂਦਰ ਸਰਕਾਰ ਕੋਲੇ ਕੇਵਲ ਸਟੇਜ ਤੇ ਮਸਲਾ ਨਹੀਂ ਠਹਿ ਹ ਸਪ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨ ਜਦੋਂ ਮੋਦੀ ਸਾਹਿਬ ਨੂੰ ਮਿਲੇ ਨੇ ਜਾਂ ਗਾਹੇ ਬਗਾਹੇ ਦੇਦੋਂ ਕਿਤੇ ਗੱਲ ਹੁੰਦੀ ਹੈ ਹਿੰਦੁਸਤਾਨ ਦੀ ਸਰਕਾਰ ਕੋਲੇ ਉੱਥੇ ਕਿਸਾਨੀ ਦੇ ਮਸਲੇ ਕਿਉਂਕਿ ਪੰਜਾਬ ਜਿਹੜਾ ਆ ਇਹ ਕਿਸਾਨੀ ਦੇ ਨਾਲ ਸੰਬੰਧਤ ਸੂਬਾ ਆ ਓਕੇ ਓਕੇ ਕਿਸਾਨੀ ਨੂੰ ਬ ਇਹ ਸਰਕਾਰ ਦਾ ਔਰ ਸ਼ਰਮਣੀ ਕਾਲੇਦਾਰ ਦਾ ਫਰਜ਼ ਹੈ ਜੀ ਜੀ ਤੁਸੀਂ ਆਪਣੀ ਗੱਲ ਕਹੀ ਸਿਕੜੀ ਜਿੱਦਾਂ ਇਹਨਾਂ ਨੇ ਕਿਹਾ ਕਿ ਵੀ ਕਿਸਾਨੀ ਦੀ ਗੱਲ ਜੇ ਆਪਾਂ ਕੀਏ ਤਾਂ ਕੋਈ ਰਾਤੋਂ ਰਾਤ ਜਿਹੜਾ ਕਿਸਾਨੀ ਦੇ ਹਿੱਤ ਨਹੀਂ ਪਾਲੇ ਜਾ ਸਕਦੇ ਲੰਬੇ ਸਮੇਂ ਤੋਂ ਜਿਹੜੀਆਂ ਨੀਤੀਆਂ ਚੱਲੀਆਂ ਆ ਰਹੀਆਂ ਉਹਦੇ ਕਰਕੇ ਵੀ ਕਿਸਾਨੀ ਦੀ ਮੰਦਹਾਲੀ ਹੈ ਜਦੋਂ ਲੰਬੇ ਸਮੇਂ ਦੀ ਗੱਲ ਕਰਦੇ ਆ ਤਾਂ ਸਵਾਭਿਕ ਤੌਰ ਤੇ ਕਾਂਗਰਸ ਪਾਰਟੀ ਤੇ ਉਹਦੀਆਂ ਸਰਕਾਰਾਂ ਵੀ ਇਹਦੇ ਨਾਲ ਜੁੜ ਜਾਂਦੀਆਂ ਆਖੀ ਦੇਖੋ ਜਗਤਾਰ ਜਗਤਾਰ ਜੀ ਇਸ ਤਰ੍ਹਾਂ ਹੈ ਕਿ ਸਰਕਾਰ ਵੱਲੋਂ ਇਹਨਾਂ ਨੇ ਪੱਖ ਪੇਸ਼ ਕੀਤਾ ਜੀ ਅਕਾਲੀ ਦਲ ਔਰ ਭਾਜਪੀ ਦੀ ਸਰਕਾਰ ਕਿੰਨਾ ਕੁ ਕਿਸਾਨਾਂ ਲਈ ਸੰਜੀਦਾ ਹੈ ਉਸ ਦਾ ਸੰਭਾਵਨਾ ਉਸ ਦਾ ਪਤਾ ਤੋਂ ਇਸ ਕੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦ ਸਾਡੇ ਲੀਡਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਯੂਨੀਵਰਸਿਟੀ ਦਾ ਬਿਲ ਪਾਸ ਕਰਨਾ ਕੋਈ ਬਹੁਤ ਜ਼ਰੂਰੀ ਨਹੀਂ ਹੈ ਜਿਹੜੇ ਛੋਟੇ-ਮੋਟੇ ਕੰਮ ਤੁਸੀਂ ਇੱਥੇ ਕਰਵਾਉਣਾ ਚਾਹੁੰਦੇ ਹੋ ਅੱਜ ਕਿਸਾਨ ਦੀ ਦੁਰਦਸ਼ਾ ਹੈ ਸਭ ਤੋਂ ਪਹਿਲਾਂ ਕਿਸਾਨ ਦਾ ਮੁੱਦਾ ਆਪਾਂ ਵਿਧਾਨ ਸਭਾ 'ਚ ਡਿਸਕਸ ਕਰੀਏ ਜੀ ਜਿੰਨੂੰ ਕਿ ਅਕਾਲੀ ਦਲ ਨੇ ਪੂਰਾ ਪੋਹ ਚ ਕੀਤਾ ਔਰ ਮੁੱਦਾ ਡਿਸਕਸ ਨਹੀਂ ਕੀਤਾ ਔਰ ਡੇਢ ਘੰਟਾ ਪਹਿਲਾਂ ਹਾਊਸ ਉੱਡ ਗਿਆ ਹਾਲਾਂਕਿ ਉਹ ਜਿਹੜਾ ਡੇਢ ਘੰਟਾ ਜਾਂ ਜਿਹੜਾ ਪੂਰਾ ਟਾਈਮ ਸੀਗਾ ਕਿਸਾਨ ਲਈ ਉਹ ਡਿਸਕਸ ਹੋਣਾ ਚਾਹੀਦਾ ਪੰਜਾਬ ਦੇ ਫਾਰਮਰ ਦਾ ਦਰਦ ਹੈ ਸਾ ਕਾਂਗਰਸ ਪਾਰਟੀ ਨੂੰ ਮੈਂ ਅਰਲੀ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਲੱਗਦਾ ਕਿ ਜਾਣਵੁੱਝ ਕੇ ਕਾਲੀਦਾਲ ਨੇ ਜਿਹੜੇ ਹੈਗਾ ਉਸ ਨੂੰ ਨਹੀਂ ਜਿੰਨਾਂ ਕੋਲ ਜਵਾਬ ਹੀ ਕੋਈ ਨਹੀਂ ਹੈਗਾ ਮੇਰੀ ਗੱਲ ਸੁਣੋ ਭਾਈ ਸਾਹਿਬ ਨੇ ਕਿਹਾ ਬਡਵਾ ਸਾਹਿਬ ਨੇ ਕਿ ਜੀ ਕਾਂਗਰਸ ਦੀਆਂ ਨੀਤੀਆਂ ਜਾਂ ਲੰਬੇ ਤੌਰ ਤੋਂ ਨੀਤੀਆਂ ਵੀ ਤੁਸੀਂ 9 ਸਾਲ ਦੇ ਤੇ ਹੁਣ ਤੁਸੀਂ ਲਗਾਤਾਰ ਸਰਕਾਰ ਚੋਂ ਤੁਹਾਨੂੰ ਕਿਹਨੇ ਰੋਕਿਆ ਤੁਸੀਂ ਨੀਤੀਆਂ ਨਾ ਬਦਲੋ ਗਵਰਨਮੈਂਟ ਇਜ਼ ਵੈਰੀ ਮੱਚ ਇਨ ਦੀ ਪਾਵਰ অর ਕੁਛ ਵੀ ਨੀਤੀ ਕਿਸੇ ਵੀ ਵੇਲੇ ਬਣਾ ਸਕਦੀ ਹੈ ਜੀ ਅੱਜ ਕਿਸਾਨ ਦੀ ਜੋ ਦਸ਼ਾ ਹੈ ਦੇਖੋ ਜੇ ਕਿਸਾਨ ਗੰਨਾ ਲਗਾਉਂਦਾ ਹੈ ਤੇ ਪਿਛਲੇ ਸਾਲ ਦੀ ਪੇਮੈਂਟ ਅਜੇ ਤੱਕ ਨਹੀਂ ਹੋ ਸਕੀ ਕਿਸਾਨ ਨੂੰ ਸਾਲ ਹੋ ਗਿਆ ਕਿਸਾਨ ਧਰਨੇ ਦੇ ਰਿਹਾ ਪਰ ਉਹਨੂੰ ਪੇਮੈਂਟਾ ਗੰਨਾ ਸਪਲਾਈ ਕੀਤੇ ਰ ਪੈਸੇ ਨਹੀਂ ਮਿਲ ਰਹੇ ਉਹਦੇ ਉਹਦੇ ਵਾਜਬ ਕੀਮਤ ਦੀ ਗੱਲ ਤਾਂ ਛੱਡ ਹੀ ਦਿਓ ਪਰ ਜੋ ਡਿਸਟ੍ਰੈਸ ਸੇਲ ਦਾ ਪ੍ਰਾਈਸ ਹੈ ਉਹ ਵੀ ਪੈਸੇ ਨਹੀਂ ਮਿਲ ਰਹੇ ਜੀ ਜੀ ਜੇ ਕਿਸਾਨ ਨੇ ਲਾਇਆ ਕਣਕ ਤੇ ਕਾਸਟ ਪ੍ਰਾਈਸ ਵੱਧ ਬਦ ਕਰ ਕਣਕ ਦਾ ਪ੍ਰਾਈਸ ਘਟ ਅੱਜ ਦੇ ਚਾਵਲ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਪਿਛਲੇ ਸਾਲ ਦੇ ਪੈਸੇ ਵੀ ਅਜੇ ਤੱਕ ਬਾਸਮਤੀ ਦੇ ਨਹੀਂ ਮਿਲੇ ਮੈਂ ਬਾਸਮਤੀ ਕਿਉਂਕਿ ਫਸਲ ਹੁਣ ਆਉਣ ਵਾਲੀ ਹੈ ਜਿਹੜੇ ਮੁੱਦੇ ਵਿਧਾਨ ਸਭਾ ਚ ਅਸੀਂ ਡਿਸਕਸ ਅਸੀਂ ਵਰੀਡ ਹੈ ਕਿ ਪੰਜਾਬ ਚ ਬਣੇਗਾ ਕੀ ਜੀ ਜੀ ਕਿ ਪਿਛਲੇ ਸਾਲ ਜਿਹੜੀ ਤੁਹਾਡੀ 11 21 ਬਾਸਮਤੀ ਸੀਗੀ ਇਹਨਾਂ ਨੂੰ ਪਤਾ ਬੜੀ ਤੰਗੀ ਤਰਾ ਕਿ ਉਸ ਜਿਹੜੀ ਬਾਸਮਤੀ ਹੈ ਉਸ ਦਾ ਪ੍ਰਾਈਸ ਜਿਹੜਾ ਸੀਗਾ ਚਲੋ ਜਿੰਨਾ ਵੀ ਸੀਗਾ ਅੱਜ ਤੱਕ ਉਹ ਪੈਸੇ ਨਹੀਂ ਮਿਲ ਸਕੇ ਸਾਲ ਵੀ ਲੱਗ ਗਿਆ ਇੱਕ ਇੱਕ ਵੱਡੀ ਮੈਂ ਸਟੱਡੀ ਕੀਤਾ ਜਿਸ ਤਰ੍ਹਾਂ ਜਲਾਲਾਬਾਦ ਮੰਡੀ ਜਿਹੜੀ ਕਿ ਆਪਣਾ ਸੁਖਵੀਰ ਬਾਦਲ ਉਹਨਾਂ ਦੀ ਕੌਨਸਟੈਂਸ ਸੀਗਾ ਉੱਥੇ ਤੁਸੀਂ ਦੇਖੋ 100 ਕਰੋੜ ਤੋਂ ਵੱਧ ਤੇ 8 ਤੀਆਂ ਦਾ ਪੈਸਾ ਜੀ ਔਰ ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸ਼ੈਲਰ ਨੇ ਉਹ 500 ਕਰੋੜ ਰੁਪਏ ਡਿਫਾਲਟ ਹੋ ਰਹੇ ਨੇ ਪੈਕਜ ਇਹਦਾ ਮਤਲਬ ਛੋਟੀ ਇੰਡਸਟਰੀ ਜਿਹੜੀ ਸਾਡੀ ਰਾਈਸ ਮਿਲ ਇੰਡਸਟਰੀ ਤਬਾਹ ਹੋ ਰਹੀ ਹੈ ਔਰ ਸਾਡਾ ਜਿਹੜਾ 8 ਤੀਆਂ ਤਬਾਹ ਹੋ ਰਿਹਾ ਇਹਦਾ ਮਤਲਬ ਕਿਸਾਨ ਦੀ ਬੈਕਬੋਨ ਜਿਹੜੀ ਆ ਤੋੜ ਦਿੱਤੀ ਗਈ ਹੈ ਅੱਜ ਪਿਛਲੇ ਸਾਲ ਦੇ ਪੈਸੇ ਨਹੀਂ ਮਿਲੇ ਤੇ ਨਵੀਂ ਜਿਹੜੀ ਫਸਲ ਸਿਰ ਦੇ ਉੱਤੇ ਆ ਰਹੀ ਹੈ ਦੇਖੋ ਇਹ ਬੋਦੀ ਦਾ ਜਿਹੜਾ ਅੱਛੇ ਦੇ ਨਾ ਮੈਂ ਉਹਦੀ ਐਗਜ਼ਾਮਪਲ ਅੱਜ ਈਵੋਅਰਸ ਨੂੰ ਤੁਹਾਡੇ ਚੈਨਲ ਦੇ ਈਵੋਅਰਸ ਨੂੰ ਪੂਰੇ ਵਰਲਡ 'ਚ ਤੁਹਾਡਾ ਚੈਨਲ ਚਾਹੁੰਦਾ ਮੈਂ ਦਸਰਾਂ ਚਾਹਨਾ ਹੈ ਕਿ ਅੱਜ ਮੀਡਲ ਈਸਟ ਚਲੇ ਜਾ ਜਿਹੜੀ ਸਾਡੀ ਇੱਥੋਂ ਦੇ ਬਾਤਮਤੀ 11 21 ਹੈ ਨਾ ਬੜੀ ਪਪੂਲਰ ਆ ਉੱਥੇ ਮੀਡਲ ਈਸਟ ਅੱਜ ਵੀ ਰੇਟ 100 ਰੁਪਏ ਤੋਂ ਕਿਲੋ ਤੋਂ ਘਟ ਨਹੀਂ ਹੈਗਾ ਉੱਥੇ ਜਿਹੜਾ ਉੱਥੇ ਸ਼ੈਲਫ ਤੇ ਮਿਲਦਾ 100 ਰੁਪੀ 120 ਰੁਪੀ ਮਿਲਦਾ ਪਿਛਲੇ ਸਾਲ ਜਿਹੜੀ 11 21 ਹੈਗੀ ਆ ਕਿਸਾਨ ਨੇ ਜਿਹੜੀ ਪੈਡੀ ਵੇਚੀ ਉਹ ਵੇਚੀ ਸੀਗੀ ਕਰੀਬਨ 3000 ਤੋਂ ਲੈ ਕੇ 4000 ਰੁਪਏ ਤੱਕ ਜੀ ਠੀਕ ਹੈ ਜੀ ਔਰ ਅੱਜ ਜਿਹੜਾ ਵਾ ਪੈਡੀ ਜਿਹੜੀ ਹੈ ਇੱਥੇ ਉਹ ਅੱਜ ਉਹਨੇ ਕਿਹਾ ਜਾ ਰਿਹਾ ਕਿ 1200 ਰੁਪਏ 1200 ਰੁਪਏ ਤੱਕ ਆ ਜਾਵੇ ਜੀ ਜੀ ਔਰ ਇੱਥੇ ਨਹੀਂ ਇੱਕ ਬੜੀ ਜਿਹੜੀ ਇੰਪੋਰਟੈਂਟ ਚੀਜ਼ ਹੈ ਮੈਂ ਦੱਸਣਾ ਕਿ ਮੋਦੀ ਦਾ ਇਫੈਕਟ ਕੀ ਆਇਆ ਹੈ ਜੀ ਜੀ ਸਖੜੀ ਸੰਖੇਪ ਦੇ ਵਿੱਚ ਸੰਖੇਪ ਚ ਹੀ ਦੱਸ ਰਿਹਾ ਜੀ ਬਹੁਤ ਇੰਪੋਰਟੈਂਟ ਇਸ਼ੂ ਜੇ ਤੁਸੀਂ ਕੀਤਾ ਹੈ ਸ਼ੁਰੂ ਤੇ ਦੱਸਣਾ ਜ਼ਰੂਰ ਬੰਦਾ ਹੈ ਜੀ ਕਿ ਦੇਖੋ ਜੀ ਇਹ ਜਿਹੜਾ ਹੈ ਨਾ ਉੱਥੇ ਤੇ ਰੇਟ ਸੇਮ ਹੈ ਪਰ ਜਿਹੜਾ ਮਿਲਰ ਹੈ ਛੋਟਾ ਵਾਲਾ ਜਿਹੜਾ ਤੁਹਾਡਾ ਰਾਈਸ ਸੈਲਰ ਵਾਲਾ ਵਾ ਉਹ 35 ਰੁਪਏ ਤੋਂ 42 ਰੁਪਏ ਕਿਲੋ ਚ ਚਾਵਲ ਦਿੰਦਾ ਪਿਆ ਜੀ ਤੇ ਜਿਹੜੇ ਵੱਡੇ ਵੱਡੇ 25 30 ਜਿਹੜੇ ਵੱਡੇ ਵੱਡੇ ਦੇ ਭਾਜੀਪੀ ਦੇ ਜਿਹੜੇ ਪਿੱਠੂ ਨੇ ਐਕਸਪੋਰਟਰ ਉਹ ਘੱਟ ਰੇਟ ਤੇ ਲੈ ਕੇ ਤੇ ਉੱਥੇ ਫਿਰ 100 ਰੁਪਏ ਚ ਵੇਚਦੇ ਪਏ ਨੇ ਸੋ ਛੋਟੀ ਇੰਡਸਟਰੀ ਮਾਰਦੀ ਪੰਜਾਬ ਦੀ ਛੋਟਾ ਕਿਸਾਨ ਫਾਰਮਰ ਜਿਹੜਾ ਹੈਗਾ ਓਕੇ ਬਲਟਰ ਸਾਹਿਬ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਬਰੀਫ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਤੋਂ ਜਾਨਣਾ ਚਾਹੁੰਦਾ ਜਿਹੜੇ ਇਹਨਾਂ ਨੇ ਇਸ਼ੂ ਰੇਜ਼ ਕੀਤੇ ਆ ਫਾਰਮਰ ਦੇ ਬਾਸਮਤੀ ਦੀ ਗੱਲ ਕੀਤੀ ਹੈ ਇਹਨਾਂ ਨੇ ਕਾਟਨ ਦੀ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਦੂਜੀ ਇਹਨਾਂ ਨੇ ਕਹਿ ਕੇ ਜਿਹੜੀ ਛੋਟੀ ਇੰਡਸਟਰੀ ਹੈ ਤਬਾਹ ਹੋ ਰਹੀ ਹੈ ਸੇਖੜੀ ਜੀ ਦੇ ਕਹਿਣਾ ਹੈ ਕਿ ਵੀ ਜਿਹੜੇ ਵੱਡੇ ਵੱਡੇ ਕਾਰਪੋਰੇਟ ਜਾਂ ਜਿਹੜੇ ਇਸ ਵੇਲੇ ਪ੍ਰੋ ਬੀਜੇਪੀ ਹੈਗੇ ਉਹਨਾਂ ਨੂੰ ਕਫੇ ਮਿਲ ਰਿਹਾ ਛੋਟਾ ਕਿਸਾਨ ਜਾਂ ਛੋਟੇ ਇੰਡਸਟਰੀ ਤਬਾਹ ਹੋ ਰਿਹਾ ਮੇਰੇ ਖਿਆਲ ਜਗਤਾਰ ਜੀ ਇਹਨਾਂ ਨੇ ਜਿਹੜੀ ਜਿੰਨੀ ਵੀ ਗੱਲ ਅੰਕੜਿਆਂ ਤੋਂ ਸਚਾਈ ਤੋਂ ਬਹੁਤ ਦੂਰ ਹੈ ਜੀ ਔਰ ਜਿੱਥੋਂ ਤੱਕ ਹੈਗੀ ਆ ਗੰਨਾ ਜਿਹੜੇ ਉਤਪਾਦਕ ਸੀਗੇ ਕਿਸਾਨ ਉਹਨਾਂ ਨੂੰ ਸਾਰਿਆਂ ਨੂੰ ਪੇਮੈਂਟ ਕਰ ਦਿੱਤੀ ਗਈ ਔਰ ਉਹਦੇ ਚ ਹੋਇਆ ਕੀ ਸੀਗਾ ਉਹਦੇ ਚ ਜਿਹੜੀਆਂ ਉਹ ਮਿਲਾਂ ਜਿਹੜੀਆਂ ਸੀਗੀਆਂ ਜਿਹੜੀਆਂ ਬਿਲਕੁਲ ਹੀ ਥੱਲੇ ਚਲੇ ਗਈਆਂ ਸੀ ਜਿਨ੍ਹਾਂ ਦੇ ਉਹਨਾਂ ਦੇ ਖੰਡ ਦੇ ਭਾਅ ਡਿੱਗਣ ਦੇ ਨਾਲ ਕ੍ਰਾਈਸਿਸ ਦੇ ਵਿੱਚ ਆ ਗਈਆਂ ਸੀਗਾ ਔਰ ਸਰਕਾਰ ਵੱਲੋਂ ਜਿਹੜੀ ਇਹ ਪੇਮੈਂਟ ਉਹਨਾਂ ਨੂੰ ਕਰ ਦਿੱਤੀ ਗਈ ਹੈ ਔਰ ਜਿੱਥੋਂ ਤੱਕ ਰਹੇਗੀ ਬਾਸਮਤੀ ਦੀ ਗੱਲ ਬਾਸਮਤੀ ਦੇ ਰੇਟ ਜਿਹੜੇ ਕਿਸਾਨਾਂ ਨੂੰ ਪਿਛਲੀ ਵਾਰੀ ਸਹੀ ਮਿਲੇ ਪੂਰੇ ਸਹੀ ਮਿਲੇ ਉਹ ਚ ਜੇ ਮਾਰ ਵਜੀ ਆ ਤੇ ਸ਼ੈਲਨ ਮਾਲਕਾਂ ਨੂੰ ਵਜੀ ਆ ਜਿਨ੍ਹਾਂ ਨੇ ਜੋ ਨਾ ਜਾਂ ਬਾਸਮਤੀ ਖਰੀਦੀ ਸੀਗੀ ਜੀ ਜੀ ਕਿਉਂਕਿ ਉਹਨਾਂ ਦੀ ਅੱਗੇ ਜਿਹੜੀ ਐਕਸਪੋਰਟ ਪਾਲਿਸੀ ਸੀ ਜਿਹੜੀ ਜਾਂ ਜਿੱਥੇ ਜਾਣਾ ਸੀਗਾ ਉੱਥੋਂ ਉਹਨਾਂ ਦੀ ਉਹ ਜਿਹੜੀ ਉਹਨਾਂ ਨੂੰ ਉਹ ਉਹ ਮੁੱਲ ਸਹੀ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ ਜੋ ਮਿਲਣਾ ਚਾਹੀਦਾ ਸੀਗਾ ਓਕੇ ਉਹ ਜੋ ਮਿਲਣਾ ਚਾਹੀਦਾ ਸੀ ਇਹ ਚ ਕੋਈ ਦਰਾਵਾ ਨਹੀਂ ਗਿਆ ਐਤਕੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪ੍ਰੋਕਿਊਰਮੈਂਟ ਉਹ ਵਧੀਆ ਹੋਵੇ ਕਿਸਾਨ ਨੂੰ ਵੀ ਸਹੀ ਓਕੇ ਓਕੇ ਮੁੱਲ ਮਿਲੇ ਔਰ ਕਿਸੇ ਤਰ੍ਹਾਂ ਦੀ ਆਰਤੀ ਇਹਨੂੰ ਸ਼ੈਲਰ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ਆਉਣ ਵਾਲੇ ਸਮੇਂ 'ਚ ਹੈ ਸਾਰੇ ਪ੍ਰਬੰਧ ਜਿਹੜੇ ਜੀ ਮੈਂ ਤੁਹਾਡੇ ਕੋਲੇ ਬਾਅਦ ਚਾਹੁੰਨਾ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਸ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰਾਂ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਚਾਹੇ ਵਿਰੋਧੀ ਧਿਰ ਦੀ ਗੱਲ ਆ ਚਾਹੇ ਹਾਕਮ ਤੇ ਰਹੇ ਜਿਹੜੇ ਫਾਰਮਰਸ ਦੇ ਇਸ਼ੂ ਉੱਠ ਰਹੇ ਆ ਉਹ ਕੱਲੇ ਵਿਧਾਨ ਸਭਾ ਦੇ ਅੰਦਰ ਨਹੀਂ ਸੜਕਾਂ ਤੇ ਵੀ ਉੱਠ ਰਹੇ ਆ ਤਰਨਿਆਂ ਦੇ ਰੂਪ 'ਚ ਆ ਫਾਰਮਰ ਪ੍ਰੋਟੈਸਟ ਕਰ ਰਿਹਾ ਜਿੱਦਾਂ ਪ੍ਰਸ਼ਾਸਨ ਜੀ ਨੇ ਕਿਹਾ ਕਿ ਫਾਰਮਰ ਸੁਇਸਾਈਡ ਕਰ ਰਿਹਾ ਇਹਦੇ ਲਈ ਸਾਰੀਆਂ ਤਰ੍ਹਾਂ ਚਿੰਤਿਤ ਦਾ ਕਈ ਹੈ ਸਵਾਲ ਹੈ ਨਾ ਮੁੱਦਿਆਂ ਤੇ ਜਿਹੜੇ ਅਸੀਂ ਆਪਣੇ ਮਹਿਮਾਨਾਂ ਨਾਲ ਚਰਚਾ ਚ ਲੈ ਕੇ ਆਵਾਂਗੇ ਛੋਟੀ ਜੀ ਬ੍ਰੇਕ ਦੇ ਬਾਅਦ ਆਰਟੀਵੀ ਦੇ ਦਰਸ਼ਕਾਂ ਦਾ ਮੂੜ ਇੱਕ ਵਾਰ ਸਵਾਗਤ ਹੈ ਮੋਹਟਰ ਸਾਹਿਬ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਇਸ ਮੁੱਦੇ ਤੇ ਤੁਸੀਂ ਕਹਿ ਰਹੇ ਕਿ ਜਿਹੜੇ ਕੁਝ ਇਸ਼ੂ ਹੈਗੇ ਆ ਜਿਵੇਂ ਬਾਸਮਤੀ ਦੀ ਗੱਲ ਹੈ ਇਦਾਂ ਕਾਟਨ ਦਾ ਵੀ ਇੱਕ ਬੜਾ ਪੱਖਵਾ ਮੁੱਦਾ ਇਹਨਾਂ ਦਿਨਾਂ ਦੇ ਵਿੱਚ ਬਣਿਆ ਵੈ ਔਰ ਕਾਟਨ ਨੂੰ ਲੈ ਕੇ ਬੇਸਿਕ ਜਿੱਦਾਂ ਦੀ ਵੀ ਸਿਚੁਏਸ਼ਨ ਹੋਵੇ ਸਰਕਾਰ ਇਸ ਵੇਲੇ ਟਾਰਗੇਟ ਤੇ ਹੈ ਜਿਹੜਾ ਡਾਇਰੈਕਟ ਐਗਰੀਕਲਚਰ ਹੈ ਉਹਨੂੰ ਆਪਾਂ ਪੋਸਟ ਤੋਂ ਲਾਂਭੇ ਕੀਤਾ ਜਾ ਚੁੱਕਾ ਹੈ ਇਨਕੁਆਰੀ ਦੀਆਂ ਗੱਲਾਂ ਉੱਠ ਰਹੀਆਂ ਹਨ ਵਿਰੋਧੀ ਤੋਰੇ ਦੇ ਤੇ ਜਿਹੜਾ ਕਾ ਪੂਰਾ ਰੌਲਾ ਪਾ ਰਹੀ ਹੈ ਤੁਸੀਂ ਕੀ ਆਪਣਾ ਪੱਖ ਰੱਖਣਾ ਚਾਹੋਗੇ ਡਿਗਤਾਰ ਦੁੱਖ ਦੀ ਗੱਲ ਹੈ ਕਿਸਾਨ ਨੂੰ ਬੜੀ ਪੈੜੀ ਮਾਰ ਵਜਈ ਹੈ ਜਿਹੜੀ ਇਹ ਚਿੱਟੀ ਸੁੰਢੀ ਲਾ ਲੋ ਚਿੱਟੀ ਮੱਖੀ ਲਾ ਲੋ ਕੁਝ ਵੀ ਉਹਨਾਂ ਨਾਂ ਦੇ ਲੋ ਜੀ ਜੀ ਇਹ ਇਹਨੇ ਬੜੀ ਤਬਾਈ ਮਚਾਈ ਜਿਸ ਦੇ ਨਾਲ ਜਿਹੜੀ ਕਾਟਨ 벨ਟ ਹੈ ਸਾਰੀ ਇੱਕਦਮ ਲਗਭਗ ਤਬਾਈ ਵਾਲੇ ਪਾਸੇ ਖੜੇ ਗਈ ਯੈਸ ਯੈਸ ਔਰ ਉਹਦੇ ਨਾਲ ਇਹ ਨਹੀਂ ਕਿ ਕੱਲੀ ਸਾਡੀ ਕਾਟਨ 벨ਟ ਹੀ ਖਰਾਬ ਹੋਈ ਹੈ ਹੂੰ ਹੂੰ ਰਾਜਸਥਾਨ ਦੇ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਉੱਥੇ ਵੀ ਤੁਸੀਂ ਦੇਖੋਗੇ ਉੱਥੇ ਵੀ ਜੇ ਅੱਜ ਕਾਟਰਨ 벨ਟ ਤਬਾਹ ਹੋਈ ਹੈ ਤੋ ਪੰਜਾਬ ਵਾਲਿਆਂ ਜਾ ਕੇ ਤਾਂ ਨਹੀਂ ਕਰਤੀ ਤੋ ਪੰਜਾਬ ਸਰਕਾਰ ਦੀ ਨਾਕਾਮੀ ਤਾਂ ਨਹੀਂ ਇਹ ਜੋ ਮਹਿਸੂਸ ਕੀਤਾ ਗਿਆ ਔਰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ এনवायरमेंट ਹੈ ਸਾਡਾ ਜਿਹੜਾ ਮੌਸਮ ਹੈ ਐਤਕੀ ਮੌਸਮ ਨੇ ਇਹੋ ਜੀ ਮਾਰ ਮਾਰੀ ਹੈ ਜੀ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਫਸਲਾਂ ਨੂੰ ਲੱਗੀਆਂ ਨੇ ਔਰ ਉਹਨਾਂ ਫਸਲਾਂ ਵਾਸਤੇ ਜਿਹੜਾ ਇੱਥੇ ਕੋਈ ਦਰਾਵਾ ਨਹੀਂ ਜਿਹੜੀ ਪੈਸਟੀਸਾਈਡ ਹੋਣੇ ਚਾਹੀਦਾ ਸੀ ਜਸ ਪੱਧਰ ਦਾ ਹੋਣਾ ਚਾਹੀਦਾ ਸੀ ਕਿਉਂਕਿ ਬਿਮਾਰੀ ਨਵੀਂ ਸੀ ਤੇ ਬਿਮਾਰੀ ਨਵੀਂ ਹੋਣ ਕਰਕੇ ਉਹ ਪੈਸਟੀਸਾਈਡ ਨੇ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਔਰ ਕਈਆਂ ਨੇ ਕਈ ਕਿਸਾਨਾਂ ਨੇ ਜ ਉਹ ਇਸ ਚੀਜ਼ ਦੇ ਉੱਤੇ ਆਪ ਦਾ ਸਹੀ ਫੈਸਲਾ ਲੈ ਕੇ ਆਪਦੀ ਕਾਟਨ ਨੂੰ ਬਚਾ ਗਏ। ਉਲਟਾ ਜੀ ਜਿਹੜੀ ਗੱਲ ਮੈਂ ਤੁਹਾਨੂੰ ਵਿੱਚੋਂ ਟੋਕੇ ਕਹਿ ਰਿਹਾ ਇਹ ਵੀ ਉੱਠ ਰਹੀ ਹੈ बार-बार ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਖਰੀਦੀਆਂ ਗਈਆਂ ਕਰੋੜਾਂ ਰੁਪਏ ਦੀਆਂ ਉਹ ਜਿਹੜੀਆਂ ਕੁਝ ਝਾਲੀ ਸੀ ਜਾਂ ਅਫੈਕਟਿਵ ਨਹੀਂ ਸੀਗੀਆਂ ਉਹਦੇ ਲਈ ਕਿਸੇ ਨਾ ਕਿਸੇ ਦਾ ਜਿਹੜੀ ਵੀ ਸਰਕਾਰ 'ਚ ਤੇ ਰਹਿੰਦੀ ਉਹਦੀ ਜ਼ਿੰਮੇਵਾਰੀ ਤਾਂ ਬੰਦੀ ਪੰਦੀ ਹੈ। ਮੇਰੇ ਖਿਆਲ 'ਚ ਇਹ ਗੱਲ ਅਜੇ ਜੇ ਮੇਰੇ ਕੋਲ ਕਦੇ ਨੇ ਜਾਲੀ ਸੀ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਦੇ ਵਿੱਚ ਸਾਹਮਣੇ ਗੱਲ ਆ ਜੂਗੀ ਜਿਹੜੇ ਲੋਕ ਦੋਸ਼ੀ ਹੋਣਗੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਗੀ ਔਰ ਜੇ ਪੰਜਾਬ ਦੇ ਕਿਸਾਨ ਦੇ ਨਾਲ ਜੇ ਕਿਸੇ ਨੇ ਧਰੋਹ ਕਰਾਇਆ ਕੋਈ ਵੀ ਹੋਵੇ ਜੀ ਜੀ ਉਹ ਨਾ ਬਖਸ਼ਣਯੋਗ ਹੈ ਪਰ ਇਹ ਗੱਲਾਂ ਮੇਰਾ ਖਿਆਲ ਸਾਰੀਆਂ ਵੇ ਹਵਾ ਦੇ ਵਿੱਚ ਹੀ ਐਹੋ ਜੀ ਗੱਲ ਕੋਈ ਨਹੀਂ ਬੇਮੌਸਮੀ ਜਿਹੜਾ ਬੇਮੌਸਮ ਦੀ ਜਿਹੜੀ ਮਾਰ ਮਰ ਜੀਏ ਕਿਸਾਨ ਨੂੰ ਉਹਦੇ ਕਰਕੇ ਠੀਕ ਹੈ ਕਿ ਕਿਸਾਨ ਵੱਲੋਂ ਔਰ ਜਿਹੜੀ ਕਾਟ ਕੀਟ ਨੇ ਸ਼ਕਤ ਦਵਾਈਆਂ ਜਿਹੜੀਆਂ ਨਵੀਂ ਬਿਮਾਰੀ ਤੇ ਉਤੇ ਅ ਕਾਰਗਰ ਨਹੀਂ ਹੋਈਆਂ ਉਹਦੇ ਕਰਕੇ ਬੜਾ ਨੁਕਸਾਨ ਹੋਇਆ ਪਰ ਪੰਜਾਬ ਸਰਕਾਰ ਚਿੰਤਤ ਹੈ ਕਿਸਾਨ ਦੇ ਨਾਲ ਖੜੂਤੀ ਹੈ ਗਰਦੌਰੀਆਂ ਹੋ ਰਹੀਆਂ ਨੇ ਜੋ ਅਸੀਂ ਕਰ ਸਕਦੇ ਜੋ ਸਾਡੇ ਕਾਇਦੇ ਕਾਨੂੰਨ ਚ ਹੈਗਾ ਉਹਨਾਂ ਦਾ ਮੁਆਵਜ਼ਾ ਵੀ ਦਿੱਤਾ ਜਾਏ ਤੁਹਾਡੇ ਜੋ ਸੇਖੜੀ ਜੀ ਥੋੜਾ ਮਸਕਰਾ ਰਹੇ ਆ ਕੁਝ ਕਹਿਣਾ ਚਾਹੁੰਦੇ ਆ ਦੇਖੋ ਬਲਟਰਵਾ ਸਾਹਿਬ ਕਹਿੰਦੇ ਫਿਗਰਸ ਗਲਤ ਦਿੱਤੀਆਂ ਫਿਗਰਸ ਤੇ ਕੋਈ ਗਲਤ ਨਹੀਂ ਫਿਗਰਸ ਫੈਕਟ ਇਜ਼ ਫੈਕਟ ਕੋਈ ਵੈਰੀਫਾਈ ਕਰਦਾ ਅਗਰ ਸਭ ਕੁਝ ਸਹੀ ਹੋਵੇ ਤੇ ਕਿਸਾਨ ਵਿਚਾਰਾ ਖੁਦ ਕਿਸੀ ਕਿਉਂ ਕਰੇ ਜੀ ਮੁੱਦਾ ਇਹ ਹੈ ਕਾਂਗਰਸ ਪਾਰਟੀ ਇਹ ਚਾਹਦੀ ਆ ਕਿ ਤੁਸੀਂ ਜਿਹੜੀ ਪਹਿਲਾਂ ਮੈਂ ਬਾਸਮਤੀ ਦੀ ਗੱਲ ਕਰਾਂਗਾ ਫਿਰ ਮੈਂ ਕਾਟਨ ਦੀ ਗੱਲ ਕਰਾਂ ਕਿ ਜੇ ਬਾਸਮਤੀ ਦਾ ਐਸ ਵੇਲੇ ਅੰਡਰ ਟ੍ਰੇਡਿੰਗ ਡਿਸਟ्रेस ਸੇਲ ਕੁਝ ਵੀ ਐਕਸਪੈਕਟਡ ਹੈ ਜਿਹੜੇ ਪੰਜਾਬ ਦੇ ਲੱਖਾਂ ਕਿਸਾਨ ਇਨਵੋਲਡ ਨੇ ਲੱਖਾਂ ਫੈਮਿਲੀਆ ਇਨਵੋਲਡ ਹੈ ਕੀ ਸਰਕਾਰ ਉਹਦਾ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ 2500 ਰੁਪਿਆ ਪੰਜਾਬ ਸਰਕਾਰ ਆਪਣੇ ਕੋਲ ਫਿਕਸ ਨਹੀਂ ਕਰ ਸਕਦੀ ਇਹ ਕਰਨ ਪੰਜਾਬ ਸਰਕਾਰ ਕੋ ਇੰਨਾ ਵੱਡਾ ਸਰਮਾਇਆ ਸੁਖਵੀਰ ਜੀ ਕੰਦੇ ਸਾਡੇ ਕੋ ਪੈਸੇ ਦੀ ਕਮੀ ਨਹੀਂ ਹੈ ਕਾਂਗਰਸ ਪਾਰਟੀ ਮੰਨ ਕਰਦੀ ਹੈ ਕਿ ਇਹਰਾ 2500 ਰੁਪਏ ਬਿਲੀਮ ਸਪੋਰਟ ਪ੍ਰਾਈਸ ਰੱਖੋ ਔਰ ਕਿਸਾਨ ਨੂੰ ਦਿਓ ਤਾਂ ਕਿ ਕਿਸਾਨ ਖੁਸਕਸ਼ੀਆ ਨਾ ਕਰਨ ਸਾਡੇ ਖੇਤ ਜਿਹੜੇ ਵਿਰਾਨ ਨਾ ਹੋ ਜਾਣ ਓਕੇ ਦੂਜੀ ਗੱਲ ਜਿਸ ਤੋ ਦਾ ਕਾਟਨ ਦੀ ਗੱਲ ਹੈ ਪ੍ਰਾਸ਼ਾਸਨ ਸਾਹਿਬ ਨੇ ਬੜਾ ਟੁਕਮਾ ਮੁੱਦਾ ਜਿਹੜਾ ਉਠਾਇਆ ਵਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪਾਸ ਸਕਦੀ ਹੂੰ ਅਗਰ ਗਲਤ ਦਵਾਈਆਂ ਉੱਥੇ ਕੀਟਨਾਗ ਦਵਾਈਆਂ ਗਈਆਂ ਗਲਤ ਸਪਰੇ ਹੋਏ ਕਿਸਾਨ ਨੇ ਪੈਸੇ ਦੇ ਕੇ ਦਵਾਈਆਂ ਲਈਆਂ ਕਿਹਨੇ ਤਾਂ ਜੇ ਜਾਂਚ ਦਾ ਮਾਮਲਾ ਪਤਾ ਜਾਂਚ ਜਾਂਚ ਭਾਜੀ ਦੇਖੋ ਬੰਦਾ ਮਰ ਜੇ ਮਰਡਰ ਹੋ ਜੂ ਉਸ ਤੋਂ ਬਾਅਦ ਜਾਂਚ ਦਾ ਕੀ ਵੈਲਿਊ ਆ ਕਿਸਾਨ ਤਾਂ ਵਿਚਾਰਾ ਖੁਦ ਕਿਸੇ ਦੇ ਕਰ ਖੇਤ ਵਿਰਾਨ ਹੋ ਗਏ ਨੇ ਕੀ ਕਾਰਨ ਸੀ ਕਿ ਇਹਨਾਂ ਦੀ ਸਰਕਾਰੀ ਮਸ਼ੀਨਰੀ ਜਿਹੜੀ ਫੇਲ ਹੋ ਗਈ ਕੀ ਐਗਰੀਕਲਚਰ ਮਿਨਿਸਟਰ ਦੀ ਜ਼ਿੰਮੇਵਾਰੀ ਨਹੀਂ ਬੰਦੀ ਕਿ ਤੁਹਾਡੇ ਤੁਹਾਡੇ ਰਾਜ ਦੇ ਵਿੱਚ ਗਲਤ ਦਵਾਈਆਂ ਦਿੱਤੀਆਂ ਜਾ ਰਹੀਆਂ ਗਰੀਬ ਲੋਕ ਪੈਸੇ ਕਰਜ਼ਾ ਚੋਕਾ ਕਰਕੇ ਉਹ ਅੰਨ੍ਹਾ ਖਰੀਦ ਰਹੇ ਨੇ ਤੇ ਸਪਰੇਅ ਕਰ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਚੱਲਿਆ ਜੀ ਐਕਚੁਅਲ ਗੱਲ ਇਹ ਆ ਕਿ ਕੁਝ ਚਹੇਤੇ ਇੰਡਸਟ੍ਰੀਅਲਿਸਟ ਇਹ ਸਰਕਾਰ ਦੇ ਖਾਸ ਪਤਵੰਨੇ ਬਣੇ ਉਹਨਾਂ ਨੂੰ ਫਾਇਦਾ ਜ਼ਰੂਰ ਹੋ ਗਿਆ ਪਰ ਕਿਸਾਨ ਮਰ ਗਿਆ ਜੀ ਅਸੀਂ ਕਿਸਾਨ ਨੂੰ ਬਚਾਉਣ ਦੀ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਵਿਧਾਨ ਸਭਾ ਦੇ ਮੁੱਦੇ ਚੱਕਣੇ ਸੀਗੇ ਪਰ ਟਾਈਮ ਨਹੀਂ ਦਿੰਦਾ ਕਿਉਂਕਿ ਸਪੀਕਰ ਸਾਹਿਬ ਹੀ ਇਹਨਾਂ ਦੇ ਨੇ ਸਰਕਾਰ ਵੀ ਇਹਨਾਂ ਦੀ ਕਰੋੜ ਮжоਰਿਟੀ ਹੈ ਸਮਝਦੇ ਹੋ ਸੀਗਰੀਸ ਜਿਹੜੀ ਹਕੂਮਤਾਰ ਜਿਹਦੀ ਬਹੁਤ ਮਤ ਹੁੰਦੀ ਹੈ ਸਪੀਕਰ ਦੇ ਤੁਹਾਡੇ ਵੇਲੇ ਵੀ ਕੰਮ ਕਰ ਰਿਹਾ ਤੇ ਨਾ ਵੀ ਇਹਨਾਂ ਦੇ ਰਿਹਾ ਜਿਹੜੇ ਗੱਲੇ ਦੇ ਡੈਮੋਕਰੇਟਿਕ ਵੀ ਹੈ ਜਿੱਥੇ ਇੱਕ ਪੂਰੇ ਕਿਸਾਨ ਪੰਜਾਬ ਦੇ ਇਨਵੋਲਵ ਹੋਣ ਪੂਰੇ ਪੰਜਾਬ ਦੀ ਪਬਲਿਸ਼ਨ 70% ਪਬਲਿਸ਼ਨ ਇਨਵੋਲ ਹੋਵੇ ਗਰੀਬ ਮਜ਼ਦੂਰ ਵੀ ਵਿੱਚ ਹੈ ਜੇ ਕਿਸਾਨ ਕੋ ਪੈਸਾ ਨਹੀਂ ਜਾਇਆ ਕਰ ਮਜ਼ਦੂਰ ਕੋਲ ਵੀ ਨਹੀਂ ਜਾਣਾ ਓਕੇ ਜਿੱਥੇ 70% ਪਬਲਿਸ਼ਨ ਸਾਡੀ ਇਨਵੋਲ ਹੈ ਉੱਥੇ ਕਾਂਗਰਸ ਪਾਰਟੀ ਪਾਰਟੀ ਦੇ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਕਾਂਗਰਸ ਪਾਰਟੀ ਪੂਰਾ ਸਪੋਰਟ ਦੇਣਾ ਚਾਹੁੰਦੀ ਹੈ ਸਰਕਾਰ ਨੂੰ ਕਿ ਕਿਸਾਨ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਬਚਾਈਏ ਅੱਜ ਦਿੱਲੀ ਵੀ ਇਹਨਾਂ ਦੀ ਸਰਕਾਰ ਹੈ ਕੀ ਗੱਲ ਹੈਗੀ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਜਿਨੇ ਸਵਾ ਲੱਖ ਕਰੋੜ ਰੁਪਏ ਦਾ ਪੈਕੇਜ ਦੇ ਦਿੱਤਾ ਤੇ ਇਹਨਾਂ ਦੀ ਸਰਕਾਰ ਦਿੱਲੀ ਬੈਠੀ ਹੈ ਪੰਜਾਬ ਦੇ ਕਿਸਾਨ ਲਈ ਕੋਈ ਥੋੜੇ ਬੋਧੇ ਪੈਸੇ ਨਹੀਂ ਦੇ ਸਕਦੇ ਜੀ ਜੀ ਥੀ ਇਟ ਇਜ਼ ਅ ਮੈਟਰ ਆਫ ਫਿਊ ਅੰਡਰ ਕਰੋੜ ਜੀ ਜੀ ਕਿਹਾ ਦੇ ਨਹੀਂ ਸਕਦੇ ਉਹ ਕਿਹੜੇ ਕਰਸਾ ਪ੍ਰਾਸ਼ਾ ਕਰੋ ਹਾਂ ਤੇ ਮੈਂ ਥੋੜੇ ਜਣੇ ਦੇ ਵਿੱਚ ਇਲਾਫਾ ਕਰਦੇ ਹੋਏ ਕਹਿਣਾ ਚਾਹੁੰਦਾ ਕਿ ਕੱਲ ਚੰਡੀਗੜ੍ਹ ਦੇ ਵਿੱਚ ਇਹ ਇਹ ਆਪਣੀ ਕੰਪਨੀ ਹੈਗੀ ਹੈ ਜਰਮਨ ਕੰਪਨੀ ਮਲਟੀਨੇਸ਼ਨਲ ਹੈ ਜਿਹਨੇ ਕਿ ਦਵਾਈ ਸਪਲਾਈ ਕੀਤੀ ਸੀ ਓਬਰੌਨ ਹਮ ਹੁਣ ਜਿਹੜਾ ਐਮ ਡੀ ਹੈ ਉਹ ਕੱਲ ਚੰਡੀਗੜ੍ਹ ਖਾਸ ਤੌਰ ਤੇ ਆਈ ਸੀ ਕਿ ਇਸੇ ਇਸ਼ੂਸ ਉੱਤੇ ਆ ਰਹੇ ਹੈ ਓਕੇ ਤੇ ਉਹ ਇਸ ਚ ਕਲੈਰੀਫਾਈ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਦਵਾਈ ਹੈ ਅਸੀਂ ਜਿਹੜੀ ਸਪਲਾਈ ਕੀਤੀ ਹੈ ਇੰਟਰਨੈਸ਼ਨਲ ਸਟੈਂਡਰਡ ਦੀ ਹੈ ਇਹ ਸਹੀ ਸੀ ਸਰਮ ਇਹਦੇ ਸਪਰੇ ਕਰਨ ਵੇਲੇ ਜਿਹੜੀ ਹੈ ਉਹ ਆਪਾਂ ਪ੍ਰੀਕਾਸ਼ਨ ਜਾਂ ਠੀਕ ਠੰਗੇ ਨਹੀਂ ਕੀਤਾ ਇਹਨੂੰ ਜਿਸ 스테ਜ ਦੇ ਉਤੇ ਅਪਲਾਈ ਕੀਤਾ ਜਾਣਾ ਸੀ ਕਿਸਾਨਾਂ ਨੇ ਉਸ ਤੇ ਨਹੀਂ ਕੀਤਾ ਇਸ ਕਰਕੇ ਜਿਹੜੀ ਹੈ ਉਹ ਜਿਹੜੀ ਵਾਈਟ ਫ्लाई ਹੈ ਉਹ ਮਲਟੀਪਲਾਈ ਕੀਤੀ ਉਹਨਾਂ ਨੇ ਸਾਰੀ ਤਬਾਹੀ ਲੈ ਕੇ ਆਸੀ ਜਿਹੜੀ ਤੁਸੀਂ ਗੱਲ ਕਹਿ ਰਹੇ ਚਲੋ ਇਹ ਤੇ ਜਵਾਬ ਉਹੀ ਦੇਣਗੇ ਇਹ ਵੀ ਗੱਲ ਬਣਦੀ ਹੈ ਕਿ ਜਦੋਂ ਅਸੀਂ ਥੋਕ ਦੇ ਵਿੱਚ ਕਰੋੜਾਂ ਰੁਪਏ ਦੀ ਦਵਾਈ ਵੇਚਦੇ ਆ ਕਿਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਫਾਰਮਰ ਜਿਹੜੇ ਕਿ ਪੰਜਾਬ ਦਾ ਇੱਕ ਬਹੁਤ ਹੀ ਗਿੰਦੀ ਚ ਅਨਪੜ੍ਹ ਕਿਸਾਨ ਹੈ ਉਹ ਜਾ ਕੇ ਗਾਇਡ ਦਾ ਕਰਨ ਵੀ ਕਿਹਨਾਂ ਦੇ ਉੱਤੇ ਕਰਨੀ ਚਾਹੀਦੀ ਹੈ ਕਿ ਨਹੀਂ ਜੇ ਤੁਸੀਂ ਤੜਾ ਤੜਾ ਆਪਣੀ ਚਕਵਾਉਂਦੇ ਹੋ ਇਹਨਾਂ ਬੇਰ ਜਿਹੜੀ ਕੰਪਨੀ ਹੈਗੀ ਆ ਬੜੀ ਭਾਰੀ ਦੁਨੀਆ ਦੀ ਸਭ ਤੋਂ ਮਲਟੀਨੈਸ਼ਨਲ ਵੱਡੀਆਂ ਕੰਪਨੀਆਂ شمار ਹੁੰਦਾ ਹੈ ਇਹ ਉਹਨਾਂ ਦੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਇਸ ਤੇ ਟ੍ਰੇਨਿੰਗ ਦੇ ਵੇ ਸਰਕਾਰ ਨੂੰ ਨਾਲ ਆਪਣੇ ਨਾਲ ਲੈ ਕੇ ਦੱਸਣਗੇ ਕਿ ਕਿ ਸਟੇਜ ਉੱਤੇ ਅਪਲਾਈ ਕਰਨੀ ਹੈ ਕਿੰਨੀ ਜ਼ਰੀਦ ਦਵਾਈ ਹੈ ਲੇਕਿਨ ਹੁਣ ਕਿਉਂਕਿ ਨੁਕਸਾਨ ਹੋ ਗਿਆ ਹਰ ਕੋਈ ਆਪਣੀ ਸਕਿਨ ਬਚਾ ਲੈ ਹਾਂ ਦੂਜਿਆਂ ਨੂੰ ਓਕੇ ਫਾਰਮਰ ਦੇ ਸਿਰ ਤੇ ਜਿਹੜਾ ਝੂਠਿਆ ਡਿਸਟ੍ਰਿਬਿਊਸ਼ਨ ਦਾ ਇੰਟਰਨੈਸ਼ਨਲ ਆਫ ਰੌਡਰ ਨੇ ਲੋਕ ਆ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਲੈ ਗਏ ਨੇ ਮੈਂ ਸਮਝਦਾ ਕਿ ਕੱਲ ਅਗਰ ਪੰਜਾਬ 'ਚ ਆ ਰਹੇ ਨੇ ਤੇ ਉਹਨੂੰ ਇੱਥੇ ਅਰੈਸਟ ਕਰਨਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਜੋ ਉਹ ਕੇਸੀ ਸਾਡੇ ਕੋਲੇ ਟੂਅਰ ਸਰ ਟੂਅਰ ਜਿਹੜਾ ਕੁਝ ਉਹਨਾਂ ਨੇ ਕੀਤਾ ਗਿਆ ਤੁਸੀਂ ਉਹਦੇ ਤੇ ਕੀ ਕਹੋਗੇ ਜਿਤਨਾ ਪ੍ਰੈਸ਼ਰ ਜੀ ਨੇ ਤਾਂ ਮੇਰੇ ਨਾਲ ਬੜਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦਿੱਤਾ ਹੈ ਜੀ ਜੀ ਜੇ ਕਮੀ ਰਹੀ ਹੈ ਕਮੀ ਇਹ ਰਹੀ ਹੈ ਵੀ ਜੇ ਉਸ ਏਜੰਸੀ ਨੇ ਇਹ ਦਵਾਈ ਸਪਲਾਈ ਕੀਤੀ ਸੀ ਉਹਦੇ ਵਿੱਚ ਕੋਈ ਪ੍ਰਕਾਉਸ਼ਨ ਲੈਣ ਦੀ ਲੋੜ ਸੀ ਉਹਦੇ ਸਪਰੇਅ ਕਰਨ ਤੋਂ ਪਹਿਲਾਂ ਕਿ ਕਿ ਨਹੀਂ ਨਹੀਂ ਇਹ ਵੱਖਰਾ ਸੀਗਾ ਉਹਦੀ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਸੀ ਲੋਕਾਂ ਤੱਕ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀ ਇਹ ਸਪਰੇਅ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜੇ ਉਸ ਪੱਖੋਂ ਕਮੀ ਰਹੀ ਹੈ ਜੇ ਦਵਾਈ ਠੀਕ ਹੈ ਦਵਾਈ ਕਾਮਯਾਬ ਹੈ ਉਹਦੇ ਵਰਤਨ ਦੇ ਵਿੱਚ ਕੋਈ ਕਮੀ ਰਹੀ ਹੈ ਤਾਂ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਉਹਦੀ ਜਿਹੜੀ ਕੰਪਨੀ ਹੈ ਕੰਪਨੀ ਨੇ ਨਾ ਮਾਈਕ ਮੈਨੂੰ ਤੇ ਨਾ ਕਿਸਾਨ ਨੂੰ ਜਾਗਰੂਕ ਕੀਤਾ ਵੀ ਇਹਦੀ ਕਦੋਂ ਤੇ ਕਿਵੇਂ ਤੇ ਕਿਸ ਤਰ੍ਹਾਂ ਇਨੂੰ ਜੀ ਉਹਦੀ ਉਹਦੀ ਜਵਾਬ ਦੇ ਜਿਹੜਾ ਨੁਕਸਾਨ ਹੋ ਗਿਆ ਔਰ ਜਿੱਥੋਂ ਤੱਕ ਆਪਾਂ ਸਾਡੇ ਸ਼ੇਖੜੀ ਸਾਹਿਬ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਦੀਆਂ ਕਰਦੇ ਨੇ ਨਾਤੇ ਇਹਨਾਂ ਨੂੰ ਕਿਸਾਨੀ ਦੇ ਨਾਲ ਕੋਈ ਮਤਲਬ ਹੈ ਨਾ ਇਹ ਕਿਸਾਨੀ ਦਾ ਦੁੱਖ ਦਰਦ ਜਾਣਦੇ ਨੇ ਮੇਰੇ ਖਿਆਲ ਚੇੜੀ ਸਾਹੋਂ ਤਾਂ ਕਿਸਾਨ ਤਾਂ ਵੈਸੇ ਹੀ ਨਹੀਂ ਪਤਾ ਉੜਾੜਿਆ ਨਹੀਂ ਪਤਾ ਗੱਲਾਂ ਅਖਬਾਰ 'ਚ ਪੜ੍ਹਨ ਦੇ ਨਾਲ ਕਿ ਕਿਸਾਨੀ ਹੁੰਦੀ ਕਿਸਾਨ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੀ ਵਿਅਕਤੀ ਜਾਣ ਸਕਦਾ ਜਿਹੜਾ ਕਿਸਾਨੀ ਨਾਲ ਸੰਬੰਧਤ ਹੋਵੇ ਜੀ ਮੈਂ ਤੁਹਾਡੇ ਇਲਾਕੇ ਨਾਲ ਸੰਬੰਧਤ ਵੀ ਇੱਕ ਸਵਾਲ ਬਹਿਸ ਖਤਮ ਹੋਣ ਤੋਂ ਪਹਿਲਾਂ ਕਰਨਾ ਚਾਹੁੰਦਾ ਉਹ ਹੈ ਕਿ ਅੱਜ ਸਦਨ ਦੇ ਅੰਦਰ ਦਿਨਾਂ ਨਗਰ ਤੇ ਜਿਹੜਾ ਟੈਰਰਿਸਟ ਅਟੈਕ ਉਹਦਾ ਮਾਮਲਾ ਵੀ ਉੱਠਿਆ ਕਾਂਗਰਸ ਦੇ ਜਿਹੜੇ ਇੱਕ ਸਪੀਕਰ ਹੈਗੇ ਉਹਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਜਾਂ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਵੇਲੇ ਅਟੈਕ ਹੋਇਆ ਉਸ ਵੇਲੇ ਕਿਸੇ ਤਰੀਕੇ ਨਾਲ ਵੀ ਉਹਨੂੰ ਚੈੱਕ ਨਹੀਂ ਕੀਤਾ ਗਿਆ ਰੋਕਿਆ ਨਹੀਂ ਗਿਆ। ਦਕਤਾਰ ਜੀ ਮੈਂ ਇੰਡੀਆ ਇੰਡੀਆ ਨੈਸ਼ਨਲ ਕਾਂਗਰਸ ਦਾ ਸੈਕਟਰੀ ਵੀ ਹਾਂ। ਜੀ। ਕਾਂਗਰਸ ਪਾਰਟੀ ਦਾ ਥਿਊ ਵਿਊ ਪੁਆਇੰਟ ਮੈਂ ਤੁਹਾਡੇ ਚੈਨਲ ਥਰੂ ਸਭ ਨੂੰ ਦੱਸਣਾ ਚਾਹੁੰਦਾ। ਜੀ। ਉਹ ਉਹਨਾਂ ਦਾ ਆਪਣਾ ਪਰਸਨਲ ਥਿਊ ਸੀਗਾ। ਓਕੇ। ਸਾਡੇ ਸੀਐਲਪੀ ਲੀਡਰ ਸੁਨੀਲ ਜਾਖੜ ਜੀ ਨੇ ਉੱਠ ਕੇ ਵੀ ਕਿਹਾ ਔਰ ਮੈਂ ਕਾਂਗਰਸ ਦਾ ਵੀ ਸਿੰਪਲ ਹੈ ਕਿ ਇਹ ਅਟੈਕ ਜਿਹੜਾ ਸੀਗਾ ਇਹ ਪਾਕਿਸਤਾਨ ਫਰ ਡਾਇਨਟ ਅਟੈਕ ਸੀਗਾ ਜੀ ਜੀ ਇਹ ਦੇਸ਼ ਦੇ ਉੱਤੇ ਅਟੈਕ ਸੀਗਾ ਔਰ ਪੰਜਾਬ ਪੁਲਿਸ ਦੇ ਜਿਹੜੇ ਬਹਾਦਰ ਜਵਾਨ ਨੇ ਸਪੈਸ਼ਲੀ ਜਿਹੜਾ ਡੀਜੀਪੀ ਸਾਡਾ ਮਿਸਟਰ ਸੁਮੇਸ਼ ਸੈਣੀ ਉਹਨੇ ਬਹਾਦਰੀ ਨਾਲ ਪਾਕਿਸਤਾਨ ਦੇ ਪਿੱਠਵਾਂ ਉੱਤੇ ਅਟੈਕ ਕੀਤਾ ਓਕੇ ਓਕੇ ਜੀ ਇਸ ਸਮਾਂ ਬਿਲਕੁਲ ਹੀ ਇਸ ਸਮਾਂ ਬਿਲਕੁਲ ਜ਼ਿਆਦਾ ਨਹੀਂ ਲਾਸਟ ਪਾਰਟੀ ਲਾਸਟ ਪਾਰਟੀ ਪੰਜਾਬ ਪੁਲਿਸ ਦੇ ਸਟੈਂਡ ਨੂੰ ਐਪਰੀਸ਼ੀਏਟ ਕਰਦੀ ਆ ਓਕੇ ਓਕੇ ਥੈਂਕ ਯੂ ਵੈਰੀ ਮਚ ਜੀ ਤੁਸੀਂ ਕਲੀਅਰ ਕਰਤਾ ਆਪਣਾ ਪ੍ਰੈਸਰ ਜੀ ਲਾਸਟ ਕਮੈਂਟ देखो जी सीधा एनकाउंटर दी गल है ए तने देखो एक बार जेनुइन एनकाउंटर अपने सारे सब के ਸਾਡੇ ਆਪਣੇ ਸਾਹਮਣੇ ਹੋਇਆ ਹੈ ਉਹ ਪੰਜਾਬ ਪੁਲਿਸ ਨੇ ਬੜਾ ਅੱਛਾ ਰੋਲ ਪਲੇ ਕਰਦੇ ਹੋਏ ਉਹ ਦੋਨੋਂ ਬੰਦਿਆਂ ਨੂੰ ਜਿਹਨੇ ਵੀ ਪਾਕਿਸਤਾਨੀ ਆਏ تھے ਉਹ ਨਿਊਕਲਾਈਜ਼ ਕੀਤਾ ਚਲੋ ਤੁਸੀਂ ਇਹਦੇ ਵਿੱਚ ਕੋਈ ਸਿਆਸਤ ਦੀ ਗੱਲ ਨਹੀਂ ਜੜੀ ਗਿਆ ਮੈਂ ਤੁਹਾਡੇ ਕਮੈਂਟ ਦੇ ਨਾਲ ਕਲੋਜ਼ ਕਰਨਾ ਚਾਹਾਂਗਾ ਡਿਬੇਟ ਬਿਲਕੁਲ ਸਭ ਤੋਂ ਦੋ ਲਾਈਨਾਂ ਇਸ ਗੱਲ ਦਾ ਮਾਨ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਇਸ ਇਨਕਾਊਂਟਰ ਦੇ ਵਿੱਚ ਪੰਜਾਬ ਪੁਲਿਸ ਦੇ ਰੋਲ ਦੀ ਛਲਾਗਾ ਕੀਤੀ ਹੈ ਜੀ ਜੀ ਔਰ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਕੀਤੀ ਹੈ ਔਰ ਜਿਹੜਾ ਬੀਬੀ ਜੀ ਨੇ ਅੱਜ ਜੋ ਕੁਝ ਉੱਥੇ ਗੱਲ ਕੀਤੀ ਹੈ ਉਤੋਂ ਦੇ ਜਿਹੜੇ ਐਮਐਲਏ ਜੀ ਉਹ ਇਸ ਗੱਲ ਦੇ ਉੱਤੇ ਆ ਗਏ ਇਹਨਾਂ ਦਾ ਕੋਈ ਨਹੀਂ ਕਿਹਾ ਕਿ ਉਹਨਾਂ ਦਾ ਪਰਸਨ ਆਪ ਤੇ ਬੀਬਾ ਜੀ ਮੇਰੇ ਖਿਆਲ ਬੰਬੇ ਬਿਠੇ ਨਜ਼ਾਰੇ ਲੈਂਦੇ ਸੀ ਓਕੇ ਓਕੇ ਜੀ ਥੈਂਕ ਯੂ ਵੈਰੀ ਮਚ ਆਪ ਸਾਥੇ ਤੇ ਬੜੇ ਨਹੀਂ ਉੱਥੇ ਓਕੇ ਉਹਨਾਂ ਦਾ ਪਰਸਨ ਸੀ ਥੈਂਕ ਯੂ ਵੈਰੀ ਮਚ ਨਹੀਂ ਐਮਐਲਏ ਨੇ ਉਤੋਂ ਦੇ ਉਹਨਾਂ ਦੇ ਜੀ ਅਸੀਂ ਉਹਨਾਂ ਨੂੰ ਇਮੀਡੀਏਟ ਆਉਣਾ ਚਾਹੀਦਾ ਬਿਲਕੁਲ ਇਹਦੇ ਬਾਰੇ ਕੋਈ ਦੋ ਰਾਮ ਨੇ ਕਿ ਸਾਰਥਕ ਡਿਬੇਟ ਹੋਣੀ ਚਾਹੀਦੀ ਹੈ ਜੇ ਸਦਨ ਦੇ ਅੰਦਰ ਬੋਲਦੀ ਤੇ ਨੇ ਮਤਾ ਰੱਖਿਆ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਦਾ ਤੇ ਮੈਨੂੰ ਲੱਗਦਾ ਹੈ ਕਿ ਉਸ ਦਿਨ ਜਿਹੜੀ ਹੈਗੀ ਹਾਕਮ ਤੇ ਉਹ ਵੀ ਖੁੱਲ੍ਹ ਦੇ ਲਈ ਦਿਖਾਏਗੀ ਜਿਹੜੀ ਗੱਲ ਦੋਨਾਂ ਦਿਰਾਂ ਨਾਲ ਜੁੜਦੀ ਹੈ ਉਹ ਇਹ ਹੈ ਕਿ ਜਿਹੜੇ ਸੈਸ਼ਨ ਹੈਗੇ ਆ ਪ੍ਰਸ਼ਾਸਨ ਜੀ ਜਿਦਾਂ ਵੀਗੇ ਜਨਰਲਸ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਐ ਐਨੇ ਛੋਟੇ ਹੋ ਗਏ ਜੇ ਆਪਾਂ ਮੌਜੂਦਾ ਸੈਸ਼ਨ ਦੀ ਗੱਲ ਕਰੀਏ ਨਾ ਮੌਨਸੂਨ ਸੈਸ਼ਨ ਤੇ ਸੈਸ਼ਨ 3 ਦਿਨ ਦਾ ਸਹਿਤ 3 ਦਿਨ ਜੇ ਤਾਂ ਮੌਨਸੂਨ ਦੀ ਇੱਕ ਝੜੀ ਹੋਈ ਲੱਗ ਜਾਂਦੀ ਹੈ ਤੇ ਮੌਨਸੂਨ ਸੈਸ਼ਨ ਆਪਾਂ ਉਸ ਨੂੰ ਕਿਵੇਂ ਆਖ ਸਕਦੇ ਆ ਇਹ ਸਾਰੀਆਂ ਧਿਰਾਂ ਲਈ ਸੋਚਣ ਲਈ ਬਣਦਾ ਹੈ ਜਿਹੜੇ ਮੁੱਦੇ ਹੋਣਗੇ ਮੈਂ ਦੁਬਾਰਾ ਆਪਣੇ ਮਹਿਮਾਨਾਂ ਦੇ ਨਾਲ ਇਹਨਾਂ ਮੁੱਦਿਆਂ 'ਤੇ ਚਰਚਾ 'ਚ ਲੈ ਕੇ ਆਵਾਂਗਾ ਅੱਜ ਦੀ ਡਿਬੇਟ ਸ਼ਾਮਲ ਹੋਣ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਦਰਸ਼ਕਾਂ ਲਈ ਸਾਡੇ ਪ੍ਰੋਗਰਾਮ ਦਾ ਪਤਾ ਹੈ jagtar.sidhu@globalpunjabtv.com